ਆਉਣ ਨਾ ਓਏ ਇੰਡੀਆ ਨਿਊਜ਼, ਅੱਜ ਪਤਾ ਨਹੀਂ ਕਿਹੜੀ ਖਬਰ ਸੁਣਾਊ, ਕੀ ਪਤਾ ਕੀ ਨਵਾਂ ਸੱਪ ਕੱਢੂ। ਹਾਏ ਆ ਵੀ ਧੰਨਿਆ, ਅੱਜ ਕਿਹੜੀ ਖਬਰ ਲੈ ਕੇ ਆਇਆ? ਉਹ ਖਬਰ ਕੀ ਕੀਲੇ ਨੇ ਲਵਾ ਲਿਆ ਭਾਈ 700 ਅੱਛਾ, ਤੇ ਬਾਹਾਂ ਦਾ ਪਾਣੀ ਨਹੀਂ ਹੁੰਦਾ ਪੂਰਾ। ਅੱਛਾ, ਤੇ 24 ਘੰਟੇ ਕਹੀ ਮੋਢੇ ਦੀ ਰਹਿੰਦੀ ਹੈ ਤੇ ਉਧਰੋਂ ਘਰ ਵਾਲੀ ਉਡੀਕਦੀ ਰਹਿੰਦੀ ਹੈ। ਉਹ ਕਮਲਿਓ ਸਿਆਣਾ ਨੇ ਐਵੇਂ ਨਹੀਂ ਕਿਹਾ, ਕਹਿੰਦਾ ਮਹਿੰਗਾ ਰੋਵੇ ਇੱਕ ਵਾਰ। ਧੰਨੇ ਬਾਈ, ਉਹਦੀ ਮੋਟਰ ਦਾ ਪਾਣੀ ਵੱਧ ਨਹੀਂ ਸਕਦਾ। ਮੈਂ ਤਾਂ ਬਾਈ ਉਹਨੂੰ ਕਿਹਾ ਸੀ ਭੰਡਾਰੀ ਇੰਜੀਨੀਅਰਿੰਗ ਕਾਰਪੋਰੇਸ਼ਨ ਬਠਿੰਡੇ ਵਾਲਿਆਂ ਤੋਂ ਸ਼ਕਤੀ ਕੰਪਨੀ ਦਾ ਸੋਲਰ ਸਿਸਟਮ ਲਵਾ, ਵੋਲਟੇਜ ਵੀ ਪੂਰੀ ਰਹੂ ਤੇ ਪਾਣੀ ਵੀ ਪੂਰਾ। ਤੇ ਮੈਨੂੰ ਕਹਿੰਦਾ ਇੱਧਰ ਕਹਿੰਦਾ ਸਸਤਾ ਮਿਲਦਾ, ਭਲਾ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਵਾਹਣ ਛੇਤੀ ਰਮਿਆ ਚੰਗਾ ਕਿ ਜੇ ਬੋਰ ਪਾਣੀ ਤੁਪਕਾ ਤੁਪਕਾ ਦੇਵੇ ਉਹ ਚੰਗਾ। ਉਹ ਕੰਪਨੀ ਵਾਲਿਆਂ ਨੂੰ ਪੁੱਛੇ ਵੀ ਤੁਹਾਡਾ ਸੋਲਰ ਨਾ ਤਾਂ ਵੋਲਟੇਜ ਪੂਰੀ ਕਰਦਾ। ਪੁੱਛਣਗੇ ਇਹਨੂੰ, ਆਈਆਂ ਜੇ ਕੰਪਨੀਆਂ ਖੜਦੀਆਂ ਹੁੰਦੀਆਂ ਗੀਆਂ, ਅਗਲਾ ਡੰਡਾ ਡੇਰਾ ਚੱਕ ਕੇ ਭੱਜ ਗਏ। ਧੰਨੇ ਬਾਈ, ਆ ਜਿਹੜੀ ਤੂੰ ਕੰਪਨੀ ਕਹਿਣਾ ਇਹਦੀ ਡੰਡਾ ਡੇਰਾ ਚੱਕ ਕੇ ਭੱਜਦੀ। ਭੰਡਾਰੀ ਇੰਜੀਨੀਅਰਿੰਗ ਕਾਰਪੋਰੇਸ਼ਨ 55 ਸਾਲ ਪੁਰਾਣੀ ਕੰਪਨੀ ਆ ਬਠਿੰਡੇ ਦੇ ਵਿੱਚ, ਨਾ ਇਹਨਾਂ ਨੇ ਅੱਜ ਤੱਕ ਕਿਸੇ ਨੂੰ ਘਟੀਆ ਸਮਾਨ ਦਿੱਤਾ ਤੇ ਨਾ ਹੀ ਨਕਲੀ ਸਮਾਨ ਵੇਚਿਆ ਇਹਨਾਂ ਨੇ। ਅੱਜ ਤੋਂ 6-7 ਸਾਲ ਪਹਿਲਾਂ ਜਿਨ੍ਹਾਂ ਨੇ ਵੀ ਭੰਡਾਰੀ ਵਾਲਿਆਂ ਤੋਂ ਸਬਸਿਡੀ ਤੇ ਸ਼ਕਤੀ ਵਾਲਿਆਂ ਦੀਆਂ ਮੋਟਰਾਂ ਜਾਂ ਸੋਲਰ ਸਿਸਟਮ ਲਵਾਏ ਸੀ ਉਹ ਅੱਜ ਵੀ ਮੰਨਦੇ ਆ। ਭੰਡਾਰੀ ਦੇ ਜਿਹੜੇ ਸਮਾਨ ਦਾ ਰੇਟ ਆਪਾਂ ਨੂੰ ਵੱਧ ਲੱਗਦਾ ਉਹ ਜਿਹਾ ਸਮਾਨ ਉਹ ਕੰਮ ਵੀ ਵੱਧ ਦਿੰਦਾ। ਜਦੋਂ ਤਾਂ ਘੀਲੇ ਨੇ ਨਾ ਸਸਤਾ ਜਿਹਾ ਸੋਲਰ ਲਾਉਣ ਆਏ ਨੇ, ਉਹਦੇ ਸਮਾਨ ਹੀ ਨੀ ਪੂਰਾ ਹੋਇਆ, ਘੀਲੇ ਦੇ ਪੈਰ ਹੀ ਲੱਗੇ ਦਿੱਤੇ, ਕਦੇ ਉਹ ਦੁਕਾਨ ਤੇ ਜਾ ਕਦੇ ਉਹ ਦੁਕਾਨ ਤੇ ਜਾ। ਸ਼ਕਤੀ ਕੰਪਨੀ ਦਾ ਸੋਲਰ ਫਿੱਟ ਕਰਾਉਣ ਵਾਸਤੇ ਇੱਕ ਨਟ ਵੀ ਨਹੀਂ ਲਿਆਉਣਾ ਪੈਂਦਾ, ਸਾਰਾ ਸਮਾਨ ਕੰਪਨੀ ਵਾਲੇ ਨਾਲ ਲੈ ਕੇ ਆਉਂਦੇ ਨੇ। ਠੀਕ ਆ, ਨਾ ਖਰਾਬ ਹੋਣਾ ਵੱਡਾ ਰਾ ਲਾਉਂਦੇ ਨੇ ਸਟਾਰਟਰ। ਠੀਕ ਹੈ, ਤੇ ਦੇਸੀ ਸੋਲਰ ਤੇ ਛੋਟੇ ਛੋਟੇ ਸਟਾਰਟਰ ਲਾ ਦਿੰਦੇ ਨੇ। ਠੀਕ ਹੈ, ਨਾਲੇ ਮੋਟਰ ਸਵੇਰੇ 1 ਘੰਟਾ ਪਹਿਲਾਂ ਚੱਲਦੀ ਹੈ ਤੇ ਆਥਣੇ 1 ਘੰਟਾ ਬਾਅਦ ਬੰਦ ਹੁੰਦੀ ਹੈ। ਨਾਲੇ ਹੋਰ ਸੁਣੋ, 10ਵੇਂ ਹਿੱਸੇ ਦੇ ਪੈਸੇ ਦੇ ਕੇ ਸ਼ਕਤੀ ਕੰਪਨੀ ਦਾ ਸੋਲਰ ਸਿਸਟਮ ਆਪਾਂ ਨਵਾਂ ਲਵਾ ਸਕਦੇ ਹਾਂ। ਤੇ ਬਾਕੀ ਪੈਸੇ ਫਿਰ? ਬਾਕੀ ਪੈਸੇ ਬੈਂਕ ਲੋਨ ਕਰ ਦਿੰਦਾ। ਅੱਛਾ, 90% ਲੋਨ ਬੈਂਕ ਕਰ ਦਿੰਦਾ। ਅੱਛਾ, ਸ਼ਕਤੀ ਕੰਪਨੀ ਦੇ ਸੋਲਰ ਸਿਸਟਮ ਦਾ ਸਮਾਨ ਫੈਕਟਰੀ ਦੇ ਵਿੱਚੋਂ ਸਾਰਾ ਸਿੱਧਾ ਤੇਰੇ ਕੋਲ ਆਊ, ਨਾਲੇ ਕੰਪਨੀ ਦੇ ਕਾਰੀਗਰ ਆਪ ਫਿੱਟ ਕਰਕੇ ਜਾਣਗੇ। ਉਹ ਫਿਰ ਤਾਂ ਮੌਜਾਂ ਹੀ ਮੌਜਾਂ ਨੇ ਤੈਨੂੰ, ਨਾਲੇ 1 ਨਟ ਪੇਜ ਲਿਆਉਣ ਦੀ ਲੋੜ ਨੀ, ਨਾਲੇ ਬੋਰ ਦੇ ਪਾਣੀ ਦਾ ਪ੍ਰੈਸ਼ਰ ਦੇਖਿਓ। ਅੱਛਾ, ਉਹ ਫਿਰ ਤਾਂ ਮੌਜਾਂ ਹੀ ਮੌਜਾਂ ਨੇ।